ਮੇਰਾ ਬੰਗਾ ਹਲਕੇ ਦਾ ਇਹ ਦੂਸਰਾ ਦੌਰਾ ਹੈ। ਅਸੀਂ ਲਗਭਗ ਦੋ ਵਾਰ ਜਾ ਚੁੱਕੇ ਹਾਂ ਅਤੇ ਹੁਣ ਅਸੀਂ ਹੋਰ ਜ਼ੋਰ ਨਾਲ ਇਹਨੂੰ ਸਟੈਪ ਅਪ ਕਰ ਰਹੇ ਹਾਂ ਕੰਪੇਨ ਨੂੰ। ਬਹੁਤ ਅੱਛਾ ਹੰਗਾਰਾ ਔਰ ਬੜਾ ਜ਼ਬਰਦਸਤ ਗਰਾਊਂਡ ਸਵੈਲ ਹੈ। ਲੋਕਾਂ 'ਚ ਬਹੁਤ ਨਾਰਾਜ਼ਗੀ ਹੈ ਮੌਜੂਦਾ ਸਰਕਾਰ ਪ੍ਰਤੀ ਔਰ ਬਾਦਲਾਂ ਦੀ ਸਰਕਾਰ ਪ੍ਰਤੀ, ਔਰ ਲਾਮਬੰਦ ਹੋ ਰਹੇ ਨੇ ਲੋਕ, ਆਪਣੀ ਪੱਧਰ 'ਤੇ ਲਾਮਬੰਦ ਹੋ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਖਾਤਾ ਖੁੱਲ੍ਹੇਗਾ ਲੋਕ ਸਭਾ ਵਿੱਚ, ਐਸੀ ਮੈਨੂੰ ਆਸ ਹੈ। ਉਹ ਸਾਡੀ ਸਟ੍ਰੈਟਜੀ ਦਾ ਹਿੱਸਾ ਹੈ। ਜੇ ਕੋਈ ਜ਼ਰੂਰਤ ਐਸੀ ਹੋਈ ਤਾਂ ਜ਼ਰੂਰ ਕਰਾਂਗੇ ਅਤੇ ਜੇ ਕੋਈ ਜ਼ਰੂਰਤ ਨਾ ਹੋਈ ਤਾਂ ਛੋਟੇ ਜਲਸੇ ਕਰਾਂਗੇ ਅਤੇ ਸਾਧਨਾਂ ਦੇ ਹਿਸਾਬ ਨਾਲ ਅਸੀਂ ਫੈਸਲੇ ਲਵਾਂਗੇ। ਦੇਖੋ, ਇਸ ਗੱਲ ਦਾ ਚਰਚਾ ਤਾਂ ਬਹੁਤ ਹੈ ਪਰ ਇਲੈਕਸ਼ਨ ਕਮਿਸ਼ਨ ਜੋ ਇਲੈਕਸ਼ਨ ਕਰਾ ਰਿਹਾ ਉਸ ਦੇ ਅਨੁਸਾਰ ਅਸੀਂ ਸਾਰੇ ਚੋਣਾਂ ਲੜ ਰਹੇ ਹਾਂ ਉਹਦੇ 'ਤੇ ਵਿਸ਼ਵਾਸ ਕਰਕੇ, ਅਤੇ ਐਸੀ ਕੋਈ ਤਕਨੀਕੀ ਬੇਈਮਾਨੀ ਹੋਣੀ ਤਾਂ ਨਹੀਂ ਚਾਹੀਦੀ। ਜੇ ਕੋਈ ਹੁੰਦੀ ਹੈ ਤਾਂ ਇਹ ਮੈਂ ਸਮਝਦਾ ਵੀ ਚੋਣਾਂ ਨਾਲ ਸੰਬੰਧਿਤ ਇਹ ਸਭ ਤੋਂ ਵੱਡਾ ਪਾਪ ਹੈ। ਇਟਸ ਏ ਕ੍ਰਿਮੀਨਲ ਅਫੈਂਸ ਆਲਸੋ। ਮੈਂ ਕਿਸੇ ਵੀ ਵਿਵਾਦਿਤ ਵਿਅਕਤੀ ਔਰ ਵਿਵਾਦ 'ਤੇ ਕੋਈ ਟਿੱਪਣੀ ਨਹੀਂ ਕਰਨੀ। ਸਾਡਾ ਸਾਫ਼ ਸੁਥਰਾ ਏਜੰਡਾ ਪੰਜਾਬ ਦੇ ਵਾਸਤੇ, ਅਸੀਂ ਪੰਜਾਬ ਨੂੰ ਪੁਨਰ ਸੁਰਜੀਤ ਕਰਨਾ ਅਤੇ ਅਸੀਂ ਵੱਡੇ ਦਾਈਏ ਰੱਖ ਕੇ ਵੱਡੇ ਮਨੋਰਥਾਂ ਨਾਲ ਚੋਣ ਲੜ ਰਹੇ ਹਾਂ। ਮੈਂ ਕਿਸੇ ਛੋਟੀ ਰਾਜਨੀਤੀ 'ਚ ਨਹੀਂ ਪੈਣਾ। ਦੇਖੋ, ਮੈਂ ਸਮਝਦਾ ਬਈ ਜਿਹੜੇ ਪਿਛਲੇ ਨੁਮਾਇੰਦੇ ਨੇ ਉਹਨਾਂ ਨੇ ਜਿਨ੍ਹਾਂ ਚੀਜ਼ਾਂ ਵੱਲ ਤਵੱਜੋ ਦੇਣੀ ਚਾਹੀਦੀ ਸੀ, ਜਿਹੜੇ ਮਾਮਲੇ ਚੁਣੇ ਹੋਏ ਨੁਮਾਇੰਦਿਆਂ ਦੀ ਤਵੱਜੋ ਮੰਗਦੇ ਨੇ, ਮਰਕੂਜ਼ ਕਰਦੇ ਨੇ, ਮੈਂ ਸਮਝਦਾ ਵੀ ਉਹ ਪਿਛਲੇ ਨੁਮਾਇੰਦਿਆਂ ਨੇ ਆਪਣੀ ਗਰੀਬੀ ਦੂਰ ਕਰਨ ਲਈ ਜ਼ਿਆਦਾ ਕੰਮ ਕੀਤੇ ਨੇ ਹਲਕੇ ਦੇ ਵਿਕਾਸ ਦੇ ਨਾਲੋਂ। ਉਹ ਜਦੋਂ ਇਹ ਲੋਕ ਕਾਗਜ਼ ਭਰਨਗੇ ਪਤਾ ਲੱਗ ਜੂ ਕਿੰਨੀਆਂ ਕਿੰਨੀਆਂ ਸੰਪਤੀਆਂ ਦੇ ਅੰਬਾਰ ਉਹਨਾਂ ਨੇ ਬਣਾਏ ਨੇ। ਤੁਹਾਡੇ ਇਸ ਇਲਾਕੇ 'ਚ ਹੁਣ ਬੰਗਾ ਸ਼ਹਿਰ ਦਾ ਜਿਹੜਾ ਐਲੀਵੇਟਡ ਹਾਈਵੇ ਹੈ ਤੁਹਾਡੇ ਸਾਹਮਣੇ ਹੀ ਹੈ, ਕਿਸ ਸਥਿਤੀ 'ਚ ਹੈ, ਕਿੰਨਾ ਚਿਰ ਸ਼ੁਰੂ ਹੋ ਗਿਆ, ਕਿਵੇਂ ਸ਼ਹਿਰ ਦੇ ਬਿਜ਼ਨਸ ਬਰਬਾਦ ਹੋਏ, ਕਿਵੇਂ ਸਾਰੇ ਦੁਕਾਨਦਾਰ ਜਿਹੜੇ ਨੇ ਉਹ ਪਰੇਸ਼ਾਨ ਹੋਏ। ਇਸੇ ਤਰ੍ਹਾਂ ਇੱਥੋਂ ਬੰਗਾ ਗੜ੍ਹ ਸ਼ੰਕਰ ਅਨੰਦਪੁਰ ਸਾਹਿਬ ਦੀ ਰੋਡ ਹੈ ਅਤੇ ਅਨੰਦਪੁਰ ਸਾਹਿਬ ਦੀ ਸੀਟ ਹੈ ਜਿੱਥੇ ਖਾਲਸੇ ਦੀ ਸਿਰਜਣਾ ਹੋਈ ਹੈ, ਗੁਰੂ ਮਹਾਰਾਜ ਨੇ ਖਾਲਸਾ ਸਾਜਿਆ। ਇਸ ਤੋਂ ਵੱਡਾ ਹੋਰ ਕੋਈ ਇਤਿਹਾਸਿਕ ਸਥਾਨ ਨਹੀਂ ਹੈਗਾ ਇਸ ਸੀਟ ਦੇ ਵਿੱਚ, ਅਨੰਦਪੁਰ ਸਾਹਿਬ ਸੀਟ 'ਚ। ਉਹ ਸੜਕ ਨੂੰ ਵੀ ਨਹੀਂ ਕੋਈ ਬਣਵਾ ਸਕਿਆ, ਔਰ ਉਸ ਤੋਂ ਅੱਗੇ ਨੈਣਾ ਦੇਵੀ ਵੀ ਇੱਕ ਤੀਰਥ ਸਥਾਨ ਆ, ਉਹਦੇ 'ਚ ਵੀ ਲੋਕ ਸ਼ਰਧਾ ਰੱਖਦੇ ਨੇ। ਰਸਤੇ ਤਾਂ ਸਭ ਦੇ ਇੱਕੋ ਨੇ, ਉਹਨਾਂ ਰਸਤਿਆਂ ਰਾਹੀਂ ਜਾਣਾ, ਔਰ ਉਹ ਰਸਤਿਆਂ ਵਿੱਚ ਐਡੇ ਐਡੇ ਠੱਪੇ, ਐਡੇ ਐਡੇ ਟੋਏ,
ਅਤੇ ਮੈਨੂੰ ਤਾਂ ਇੱਕ ਦਿਨ ਜਾਣਾ ਪਿਆ, ਮੈਂ ਗੜ੍ਹ ਸ਼ੰਕਰ ਤੋਂ ਅਨੰਦਪੁਰ ਸਾਹਿਬ ਗਿਆ ਸੀ, ਮੈਨੂੰ 2.5 ਘੰਟੇ ਲੱਗੇ ਨੇ। ਅਤੇ ਮੈਂ ਉੱਦਣ ਹੀ ਸਹੁੰ ਖਾ ਲਈ ਸੀ ਵੀ ਜੇ ਵਾਹਿਗੁਰੂ ਨੇ ਕਦੇ ਮੌਕਾ ਦਿੱਤਾ ਤਾਂ ਫਿਰ ਮੈਂ ਆਪਣੇ ਵਿਕਾਸ ਦੇ ਜਿਹੜੇ ਗਲੋਟੇ ਨੇ ਇੱਥੋਂ ਕੱਤਣੇ ਸ਼ੁਰੂ ਕਰਾਂਗਾ। ਇਹ ਜਿਹੜੇ ਲਟਕਦੇ ਪ੍ਰੋਜੈਕਟ ਨੇ ਇਹਨਾਂ ਨੂੰ ਸਮੇਂ 'ਚ ਮੁਕੰਮਲ ਕਰਵਾਉਣਾ, ਸੜਕਾਂ ਜਿਹੜੀਆਂ ਏਡੀਆਂ ਏਡੀਆਂ ਵੱਡੀਆਂ ਸ਼ਾਹਰਾਹਾਂ ਨੇ ਇਹਨਾਂ ਨੂੰ ਸੁਧਾਰ ਕੇ ਲੋਕਾਂ ਦੇ ਵਰਤਣ ਯੋਗ ਬਣਾਉਣਾ, ਐਸਾ ਮੇਰੇ ਮਨ 'ਚ ਹੈ। ਦੇਖੋ, ਟੱਕਰ ਵੈਸੇ ਤਾਂ ਕਿਸੇ ਵੀ ਉਮੀਦਵਾਰ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ, ਚੋਣ ਇਹ ਮੰਨ ਕੇ ਲੜਨੀ ਚਾਹੀਦੀ ਹੈ ਕਿ ਸਭ ਬਰਾਬਰ ਦੇ ਖਿਡਾਰੀ ਨੇ ਜਦੋਂ ਕੌਡੀ ਪਾਉਂਦੇ ਨੇ, ਸਮਝ ਗਏ ਨਾ। ਪਰ ਮੈਂ ਸਮਝਦਾ ਕਿ ਅਲਟੀਮੇਟਲੀ ਜਿਹੜੀ ਟੱਕਰ ਹੋਣੀ ਹੈ ਉਹ ਟਕਸਾਲੀਆਂ ਦੀ ਅਤੇ ਕਾਂਗਰਸ ਦੀ ਹੋਣੀ ਹੈ। ਚੰਦੂ ਮਾਜਰਾ ਬਾਦਲ ਅਕਾਲੀ ਦਲ ਤਾਂ ਮੁਕਾਬਲੇ 'ਚ ਨਹੀਂ ਹੈਗਾ, ਉਹ ਤਾਂ ਹਾਰੀ ਹੋਈ ਲੜਾਈ ਲੜ ਰਹੇ ਨੇ, ਹਾਰੀ ਹੋਈ ਲੜਾਈ ਲੜ ਰਹੇ ਨੇ, ਲੜ ਤਾਂ ਰਹੇ ਨੇ ਲੇਕਿਨ ਹਾਰੀ ਹੋਈ ਲੜਾਈ ਲੜ ਰਹੇ ਨੇ। ਟੱਕਰ ਕਾਂਗਰਸ ਦੀ ਔਰ ਸਾਡੀ ਹੋਏਗੀ, ਔਰ ਜਿੱਤ ਕਿਹਦੀ ਝੋਲੀ ਪੈਂਦੀ ਹੈ ਤਾਂ ਸਮਾਂ ਦੱਸੇਗਾ, ਉਸ ਮਾਲਕ ਦੇ ਹੱਥ 'ਚ ਹੈ, ਪਰ ਟੱਕਰ ਸਾਡੀ ਹੋਏਗੀ। ਹਾਂਜੀ, ਹੋਰ ਕੋਈ ਸਵਾਲ?